ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਗੁਰਮੀਤ ਕੌਰ, ਜਵਿੰਦਾ ਬੁਟੀਕ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ, ਤੁਹਾਡੇ ਲਈ ਸੂਟ ਲੈ ਕੇ ਆ ਗਿਆ, ਬਹੁਤ ਸੋਹਣੇ ਸੋਹਣੇ। ਅਤੇ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਜੀ, ਤੁਸੀਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਵਟਸਐਪ ਦਾ ਨੰਬਰ ਦਿਖਾਈ ਦਿੰਦਾ, ਤੁਸੀਂ ਸਕਰੀਨਸ਼ੋਟ ਲੈ ਕੇ ਭੇਜ ਸਕਦੇ ਹੋ ਅਤੇ ਆਪਣੇ ਤੋਂ ਸੂਟ ਤਿਆਰ ਕਰਵਾ ਸਕਦੇ ਹੋ। ਹਰ ਤਰ੍ਹਾਂ ਦੇ ਪ੍ਰਿੰਟਡ ਸੂਟ ਆਪਣੇ ਕੋਲ ਅਵੇਲੇਬਲ ਹੁੰਦੇ ਨੇ, ਹਰ ਤਰ੍ਹਾਂ ਦੇ ਵਰਕ ਵਾਲੇ ਸੂਟ ਅਵੇਲੇਬਲ ਹੁੰਦੇ ਨੇ, ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਨੇ ਜੀ, ਅਤੇ ਹਰ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ। ਜੋ ਵੀ ਤੁਸੀਂ, ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ, ਹਰ ਤਰ੍ਹਾਂ ਦੁਪੱਟਿਆਂ ਦਾ ਫੈਬਰਿਕ ਅਵੇਲੇਬਲ ਹੈ। ਜੋ ਵੀ ਤੁਸੀਂ ਡਿਜ਼ਾਇਨ ਕਿਸੇ ਵੀ ਕਲਰ 'ਤੇ, ਕਿਸੇ ਵੀ ਫੈਬਰਿਕ 'ਤੇ, ਕੋਈ ਵੀ ਕੰਟਰਾਸਟ ਲਾ ਕੇ, ਕੋਈ ਵੀ ਵਰਕ ਕਰਵਾ ਕੇ ਜੀ, ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾ ਕੇ ਸਾਨੂੰ ਤੁਸੀਂ ਭੇਜ ਸਕਦੇ ਹੋ। ਕਿਸੇ ਵੀ ਤੁਸੀਂ ਸੈਲੀਬ੍ਰਿਟੀ ਦੇ ਜਿਹੜਾ ਡਰੈਸ ਆ, ਜਿਹੜੀ ਪੀਸ ਪਾਇਆ ਵੇਖਿਆ, ਜਾਂ ਕਿਸੇ ਵੱਡੇ ਡਿਜ਼ਾਇਨਰ ਦਾ ਸੂਟ ਹੈ, ਅਸੀਂ ਹਰ ਤਰ੍ਹਾਂ ਦਾ ਸੂਟ ਤੁਹਾਨੂੰ ਡਿਜ਼ਾਇਨ ਕਰਕੇ ਦੇਵਾਂਗੇ। ਇੱਕੋ ਹੀ ਹੱਥ ਬੰਨ ਕੇ ਬੇਨਤੀ ਹੈ, ਪਰ ਪਲੀਜ਼ ਕੰਪਿਊਟਰ ਵਾਲੀ ਮਸ਼ੀਨ ਦੇ ਜਿਹੜੇ ਸੂਟ ਨੇ ਉਹ ਸਾਨੂੰ ਨਾ ਭੇਜਿਆ ਕਰੋ। ਚਲੋ ਜੀ, ਵੀਡੀਓ ਦੀ ਸ਼ੁਰੂਆਤ ਕਰਦੇ ਹਾਂ, ਸੂਟ ਵਿਖਾਉਂਦੇ ਹਾਂਗੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਪਲੀਜ਼, ਨਾਲ ਡਿਟੇਲ ਦਿੱਤੀ ਜਾਊਗੀ ਵੀ ਇਹ ਕਿਹੜੇ ਸੂਟ ਕਿਹੜੇ ਫੈਬਰਿਕ 'ਤੇ ਬਣਿਆ ਹੋਇਆ। ਕੋਸ਼ਿਸ਼ ਕਰੂੰਗੀ ਵੀ ਮੈਂ ਇਹਨਾਂ ਦੇ ਸਕਰੀਨ 'ਤੇ ਪ੍ਰਾਈਜ਼ ਸ਼ੋਅ ਕਰਦਾ। ਕਾਫੀ ਵਾਰ ਭੈਣਾਂ ਕਹਿੰਦੇ ਨੇ ਨਹੀਂ ਕਰੇ, ਕਈ ਵਾਰੀ ਵੀਡੀਓ ਐਡੀਟਿੰਗ ਕਰਨ ਦਾ ਟਾਈਮ ਨਹੀਂ, ਜਾਂ ਕਈ ਵਾਰੀ ਬੇਟੀ ਐਡੀਟਿੰਗ ਕਰਦੀ ਹੈ, ਮੇਰੇ ਕੋਲ ਟਾਈਮ ਨਹੀਂ ਹੁੰਦਾ। ਸਗੋਂ ਮੈਨੂੰ ਇਹ ਗੱਲ ਦੇ ਵਿੱਚ ਸੌਖਾ ਜੀ, ਜੇ ਮੈਂ ਸਕਰੀਨ 'ਤੇ ਪ੍ਰਾਈਜ਼ ਸ਼ੋਅ ਕਰਦੀ ਹਾਂ ਮੈਨੂੰ, ਹੈ ਨਾ, ਫਿਰ ਜਿੰਨਾ ਭੈਣਾਂ ਨੇ ਨੂੰ ਜੋ ਪ੍ਰਾਈਜ਼ ਸ਼ੋਅ ਹੋ ਜਾਂਦੇ ਨੇ, ਅਗਲਾ ਔਡਰ ਦੇਣ ਦੇ ਲਈ ਆਉਂਦਾ। ਫਿਰ ਨਹੀਂ, ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ ਸ਼ਾਮ ਤੱਕ, 2-2 ਹਜ਼ਾਰ ਮੈਸੇਜ ਆ ਜਾਂਦਾ, ਫਿਰ 2 ਹਜ਼ਾਰ ਮੈਸੇਜ ਦਾ ਰਿਪਲਾਈ ਦੇਣਾ ਵੀ ਬਹੁਤ ਔਖਾ। ਫਿਰ ਉਹੀ ਭੈਣਾਂ ਆਉਂਦੀਆਂ ਨੇ ਜਿਨ੍ਹਾਂ ਨੇ ਸੂਟ ਸਕਰੀਨ 'ਤੇ ਰੇਟ ਦੇਖ ਲਿਆ ਵੀ ਸਹੀ ਹੈ ਜੀ, ਆਪਾਂ ਔਡਰ ਦੇ ਦਿੰਦੇ ਹਾਂ। ਬਟ ਜਿੰਨਾ ਵੀ ਤੁਹਾਨੂੰ ਕੱਪੜਾ ਮਿਲੂਗਾ ਜੀ, ਸਾਰਾ ਵਧੀਆ ਵਾਲਾ ਫੈਬਰਿਕ ਮਿਲੂਗਾ, ਵਿਦ ਸਟੈਂਪ ਮਿਲੂਗਾ। ਸਾਡੇ ਕੋਲ ਅੱਜ ਬਹੁਤ ਜ਼ਿਆਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੰਮ ਹੈ, ਇੱਕ ਫੈਕਟਰੀ ਜਿੰਨਾ ਕੰਮ ਅਸੀਂ ਬਣਾ ਰਹੇ ਹਾਂਗੇ, ਬਹੁਤ ਵਰਕਰ ਨੇ, ਬਹੁਤ ਕੰਮ ਬਣ ਰਹੇ ਹਾਂ, ਬਹੁਤ ਫੈਬਰਿਕ ਆ ਰਿਹਾ। ਇੱਕ ਫੈਕਟਰੀ ਜਿੰਨਾ ਆਪਾਂ ਕੰਮ ਕਰ ਰਹੇ ਹਾਂ ਉਹਦਾ ਕਾਰਨ ਇਹੀ ਹੈ ਜੀ, ਆਪਾਂ ਕੰਮ ਦੀ ਕੁਆਲਿਟੀ ਦੇਵਾਂਗੇ, ਕੱਪੜੇ ਦੀ ਕੁਆਲਿਟੀ ਦੇਵਾਂਗੇ, ਠੀਕ ਹੈ। ਚਲੋ ਜੀ, ਜਿਨ੍ਹਾਂ ਨੇ ਵਧੀਆ ਪਾਉਣਾ ਉਹ ਆਪਣੇ ਕੋਲ ਪਹੁੰਚਦੇ ਨੇ। ਸਭ ਤੋਂ ਪਹਿਲਾਂ ਸੂਟ ਦਿਖਾ ਦਈਏ। ਸਭ ਤੋਂ ਪਹਿਲਾਂ ਸੂਟ ਆਪਾਂ ਤਿਆਰ ਕਰਿਆ ਹੋਇਆ ਨੈਚੁਰਲ ਕਰੇਪ 'ਤੇ, ਅਨੀਅਨ ਕਲਰ ਦਾ ਸੂਟ ਹੈ, ਬਹੁਤ ਪਿਆਰਾ ਸੂਟ ਲੱਗਦਾ ਇਹ, ਬਾਦਲਾਂ 'ਤੇ ਥਰੈਡ ਲਾ ਕੇ ਬਣਾਇਆ ਹੋਇਆ। ਤੁਸੀਂ ਫੰਕਸ਼ਨ ਦੇ ਵਿੱਚ ਪਹਿਨ ਸਕਦੇ ਹੋ ਜੀ, ਹੈ ਨਾ। ਅਤੇ ਹਰ ਇੱਕ ਕਸਟਮਰ ਦਾ ਹੁੰਦਾ ਹੈ, ਕੁਛ ਐਸੇ ਕਸਟਮਰ ਨੇ ਜੋ ਪਾਰਟੀ ਵਿਆਹਾਂ ਦੇ ਉੱਪਰ ਸਿਰਫ ਹੈਂਡ ਵਰਕ ਹੀ ਪਹਿਨਦੇ ਨੇ। ਇਸ ਤਰ੍ਹਾਂ ਦੇ ਸੂਟ ਨੇ ਜਿਹੜੇ ਉਹ ਜਿਵੇਂ ਨੋਰਮਲ ਕਿਤੇ ਬਾਜ਼ਾਰ ਕਿਸੇ ਰਿਸ਼ਤੇਦਾਰੀ ਵਿੱਚ ਪਹਿਨਦੇ ਨੇ। ਹਰ ਇੱਕ ਦਾ ਦੇਖੋ ਜੀ, ਆਪਣੇ ਬਜਟ ਦੇ ਹਿਸਾਬ ਨਾਲ ਇਨਸਾਨ ਚੱਲਦਾ ਹੈਗਾ। ਐਸਾ ਨਹੀਂ ਹੁੰਦਾ ਵੀ ਹੁਣ ਬਹੁਤ ਕੋਈ ਹੈਵੀ ਵੀ ਨੇ, ਹੁਣ ਐਸੇ ਕਸਟਮਰ ਵੀ ਨੇ ਜਿਨ੍ਹਾਂ ਦੇ ਅਸੀਂ 22-20 ਹਜ਼ਾਰ ਦੇ ਸੂਟ ਬਣਾਉਣੇ ਆ। ਹੁਣ ਐਸੇ ਕਸਟਮਰ ਵੀ ਨੇ ਜਿਨ੍ਹਾਂ ਦੇ ਅਸੀਂ ਸਿਰਫ 3 ਹਜ਼ਾਰ ਦਾ ਸੂਟ ਬਣਾਉਣੇ ਆ। ਹਰ ਕਸਟਮਰ ਨੇ ਆਪਣੀ ਚੁਆਇਸ ਅਨੁਸਾਰ ਕੰਮ ਕਰਵਾਉਣਾ ਹੁੰਦਾ, ਪਰ ਅਗਰ ਤੁਸੀਂ ਸਾਡੇ ਤੋਂ 3 ਹਜ਼ਾਰ ਦਾ ਸੂਟ ਵੀ ਬਣਵਾਓਗੇ ਤਾਂ ਵੀ ਤੁਹਾਨੂੰ 3 ਹਜ਼ਾਰ ਦੇ ਹਿਸਾਬ ਨਾਲ ਕੰਮ ਦੀ ਕੁਆਲਿਟੀ ਮਿਲੂਗੀ ਅਤੇ ਉਸ ਹਿਸਾਬ ਦਾ ਦੁਪੱਟਾ ਮਿਲੂਗਾ। ਅਗਰ ਤੁਸੀਂ ਸਾਡੇ ਤੋਂ 25 ਹਜ਼ਾਰ ਦਾ 20 ਹਜ਼ਾਰ ਦਾ ਸੂਟ ਬਣਵਾਉਣੇ ਹੋ ਤਾਂ ਵੀ ਤੁਹਾਨੂੰ ਉਸ ਹਿਸਾਬ ਦੇ ਨਾਲ ਕੰਮ ਦੀ ਕੁਆਲਿਟੀ ਅਤੇ ਉਸ ਹਿਸਾਬ ਦਾ ਮਿਲੂਗਾ, ਠੀਕ ਹੈ ਜੀ। ਸੂਟ ਦਾ ਰੇਟ ਕਸਟਮਰ ਦੇ ਆਪਣੇ ਹੱਥ ਵਿੱਚ ਹੁੰਦਾ ਜੀ, ਉਹ ਕਿੰਨਾ ਪੈਸਾ ਲਾਉਣਾ ਚਾਹੁੰਦਾ, ਕਿੰਨਾ ਕੁ ਉਹਨੂੰ ਮਹਿੰਗਾ ਸਸਤਾ ਬਣਾਉਣਾ ਚਾਹੁੰਦਾ, ਬਹੁਤ ਸਾਰੀਆਂ ਗੱਲਾਂ ਇਸ ਚੀਜ਼ 'ਤੇ ਨੇ। ਨੈਚੁਰਲ ਕਰੇਪ 'ਤੇ ਬਣਿਆ ਹੋਇਆ ਬਾਦਲੇ ਦਾ ਕੰਮ ਹੈ ਜੀ, ਬਹੁਤ ਸੋਹਣਾ ਲੱਗਦਾ, ਸਾਫ਼ ਸੁਥਰਾ ਕੰਮ ਹੈ ਸਾਰਾ, ਅਤੇ ਬਹੁਤ ਪਿਆਰਾ ਇਹਦੇ ਵਿੱਚ ਥਰੈਡ ਲੱਗਿਆ ਹੋਇਆ ਰੂਬੀ ਸ਼ੇਡ ਦਾ, ਅਨੀਅਨ ਦੇ ਉੱਪਰ ਰੂਬੀ ਬਹੁਤ ਸੋਹਣਾ ਲੱਗਦਾ, ਕਲੀਆਂ ਜਾਣਗੀਆਂ, ਪੂਰੀ ਸ਼ਰਟ ਦੇ ਵਿੱਚ ਹੈਵੀ ਕੰਮ ਹੈ। ਸਭ ਤੋਂ ਪਹਿਲਾਂ ਜਦੋਂ ਇਹ ਸੀ ਸੂਟ, ਸਭ ਤੋਂ ਪਹਿਲਾਂ ਅਸੀਂ ਇਹ ਡਿਜ਼ਾਇਨ ਬਣਾਇਆ, ਸਾਡੇ ਕੋਲ ਨਾ ਇਹ ਹੈਂਡ ਵਰਕ ਦਾ ਡਿਜ਼ਾਇਨ ਭੇਜਿਆ ਸੀ ਸਾਨੂੰ ਕਿਸੇ ਕਸਟਮਰ ਨੇ, ਅਤੇ ਜਦੋਂ ਉਹਨੂੰ ਮੈਂ ਜਦੋਂ ਵੀ ਕਿਸੇ ਵੀ ਸੂਟ ਦਾ ਜੀ ਸਾਡੇ ਕੋਲ ਹੋਰ ਡਿਜ਼ਾਇਨ ਆਉਂਦਾ, ਅਸੀਂ ਕਸਟਮਰ ਨੂੰ ਰਫਲੀ ਐਸਟੀਮੇਟ ਦਿੰਦੇ ਹਾਂ ਵੀ ਇੰਨੇ ਤੋਂ ਲੈ ਕੇ ਜੀ ਇੰਨੇ ਦੇ ਵਿੱਚ ਬਣ ਜੂ, ਇੱਦੂ ਘੱਟ ਨਹੀਂ ਬਣਦਾ, ਇਸ ਤੋਂ ਵੱਧ ਨਹੀਂ ਬਣਦਾ, ਵਿੱਚ ਵਿਚਾਲੇ ਰੇਟ ਰਹੂ।
ਤਾਂ ਉਹ ਕਹਿੰਦੇ ਜੀ ਮੈਨੂੰ ਸੂਟ ਸੇਮ ਚਾਹੀਦਾ ਪਰ ਮੈਂ ਰੇਟ ਪੈਸਾ ਇੰਨਾ ਨਹੀਂ ਲਾ ਸਕਦੀ। ਫਿਰ ਅਸੀਂ ਉਹਨਾਂ ਨੂੰ ਇਹ ਡਿਜ਼ਾਇਨ ਨੂੰ ਨਾ ਬਹੁਤ ਸਾਰਾ ਇਹਦੇ ਵਿੱਚ ਚੇਂਜਸ ਕਰੀਆਂ ਅਤੇ ਫਿਰ ਆਪਾਂ ਇਹਨੂੰ ਬਾਦਲੇ ਦੇ ਥਰੈਡ ਦੇ ਵਿੱਚ ਬਣਾਇਆ। ਬਾਦਲੇ ਦੇ ਥਰੈਡ ਦੇ ਵਿੱਚ ਵੀ ਬਹੁਤ ਸੋਹਣਾ ਲੱਗਦਾ, ਬਾਹਾਂ ਦਾ ਕੰਮ ਆ ਗਿਆ ਜੀ, ਬਹੁਤ ਪਿਆਰਾ ਨੈਕ ਦਾ ਕੰਮ ਆ ਗਿਆ, ਬਹੁਤ ਸੋਹਣਾ ਇਸ ਤਰ੍ਹਾਂ ਦਾ ਕੰਮ। ਜਦੋਂ ਸਾਨੂੰ ਕਸਟਮਰ ਆਪਣੀ ਗੱਲ ਦੱਸਦੇ ਨੇ ਜੀ, ਰੱਖਦੇ ਨੇ, ਤਾਂ ਫਿਰ ਆਪਾਂ ਦੇਖ ਲੈਂਦੇ ਹਾਂ। ਦੁਪੱਟਾ ਦਿਖਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਕਿਉਂਕਿ ਦੁਪੱਟੇ ਵਿੱਚ ਵਾਲ ਬਹੁਤ ਜ਼ਿਆਦਾ ਪਏ ਨੇ, ਮੈਂ ਪ੍ਰੈੱਸ ਮਰਵਾਉਣੀ ਹੈ ਅਤੇ ਫਿਰ ਆਪਾਂ ਪੈਕ ਕਰਕੇ ਭੇਜਦੇ ਹਾਂ। ਸੂਟ ਪਸੰਦ ਹੈ, ਸਕਰੀਨਸ਼ੋਟ ਲੈ ਲਿਓ, ਠੀਕ ਹੈ ਜੀ। ਭੇ ਲਓ ਜੀ, ਕੁਛ ਕਸਟਮਰ ਕਹਿੰਦੇ ਹੁੰਦੇ ਨੇ ਦੀਦੀ ਗਰਮੀ ਵਾਲਾ ਤਾਂ ਦਿਖਾਉਂਦੇ ਨਹੀਂ। ਮੇਰੇ ਕੋਲ ਨਾ NRI ਕਸਟਮਰ ਦੇ ਜ਼ਿਆਦਾ ਔਡਰ ਜਾਂਦੇ ਨੇ, ਉਹ ਕੋਟਨ ਘੱਟ ਲਾਈਕ ਕਰਦੇ ਨੇ। ਬਹੁਤ ਫੈਬਰਿਕ ਹੈ ਦੀ ਕੋਟਨ ਦੇ ਵਿੱਚ ਆਪਣੇ ਕੋਲ ਹੈਗਾ ਗਾ, ਅਤੇ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿਹੜਾ ਵੀ ਉਹਨਾਂ 'ਚੋਂ ਤਿਆਰ ਹੈ, ਮੈਂ ਉਹ ਵੀ ਦਿਖਾ ਦਿੰਦੀ ਹਾਂ। ਜੇ ਤੁਸੀਂ ਲੈਣਾ ਤੁਹਾਨੂੰ ਕਾਹਲਾ ਤਾਂ ਚੱਕ ਸਕਦੇ। ਇਹ ਦੇਖੋ, ਇਹ ਆਪਾਂ ਬਣਾਇਆ ਹੋਇਆ ਜੀ ਇਸ ਤਰ੍ਹਾਂ ਦਾ, ਬਹੁਤ ਪਿਆਰਾ ਕੋਟਨ ਹੈ, ਇਹ ਸੈਲਫ ਪ੍ਰਿੰਟਾਂ ਦੇ ਵਿੱਚ ਹਲਕਾ ਜਿਹਾ ਇਸ ਤਰ੍ਹਾਂ ਦਾ, ਠੀਕ ਹੈ। ਅਤੇ ਇਹਨੂੰ ਆਪਾਂ ਮਸ਼ੀਨ ਦਾ ਹੈਵੀ ਕੰਮ ਕੀਤਾ ਹੋਇਆ, ਤੁਸੀਂ ਹਲਕਾ ਕਰਾਉਣਾ ਹੈਵੀ ਕਰਾਉਣਾ ਤੁਹਾਡੀ ਪਸੰਦ ਹੈ, ਹਰ ਕੰਮ ਕਰਨਾ ਅਸੀਂ ਤੁਹਾਡੀ ਪਸੰਦ ਅਨੁਸਾਰ ਕਰਨਾ। ਦੇਖੋ ਜੀ, ਬੜਾ ਪਿਆਰਾ ਲੱਗਦਾ ਇਹ, ਹੈ ਸੂਟ ਕੋਟਨ ਦਾ ਦੇਖੋ, ਹੈ ਨਾ, ਪਰ ਸੋਹਣਾ ਬਹੁਤ ਲੱਗਦਾ। ਇਹੀ ਕੰਮ ਤੁਸੀਂ ਕਰੇਪ 'ਤੇ ਵੀ ਕਰਵਾ ਸਕਦੇ ਹੋ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜਾ ਵੀ ਅਸੀਂ ਕੰਮ ਕਰਨਾ ਜੀ, ਕਸਟਮਰ ਦੀ ਡਿਮਾਂਡ ਅਨੁਸਾਰ ਕਰਨਾ ਹੁੰਦਾ, ਵੀ ਉਹ ਸਾਡੇ ਤੋਂ ਚਾਹੁੰਦਾ ਕੀ ਹੈ, ਕਸਟਮਰ ਕਹਿਣਾ ਕੀ ਚਾਹੁੰਦਾ। ਬਹੁਤ ਇਹਦੇ ਵਿੱਚ ਕਈ ਰੰਗ ਨੇ, ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ, ਜਿਹੜਾ ਰੰਗ 'ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ। ਬਾਂਹ ਦੇ ਉੱਪਰ ਕੰਮ ਬਹੁਤ ਹੈਵੀ ਹੈ, ਇਹ ਬੂਟਾ ਬਹੁਤ ਸੋਹਣਾ ਬਾਂਹ ਦੇ ਉੱਪਰ ਹੈ, ਬਾਰਡਰ ਬਣਿਆ ਹੋਇਆ ਅਤੇ ਕਮੀਜ਼ ਦੇ ਵਿੱਚ ਉੱਪਰ ਵੀ ਕਾਫੀ ਹੈਵੀ ਕੰਮ ਹੈ ਜੀ, ਠੀਕ ਹੈ। ਅਤੇ ਹੈਵੀ ਕੰਮ ਦੇ ਨਾਲ ਹੋਣ ਦੇ ਨਾਲ ਨਾਲ ਵੀ ਕੰਮ ਤੁਹਾਨੂੰ ਸਾਫ਼ ਸੁਥਰਾ ਮਿਲੂਗਾ ਬਿਲਕੁਲ ਇਸ ਤਰ੍ਹਾਂ ਦਾ। ਇਹਦੇ ਵਿੱਚ ਆਪਣੇ ਕੋਲ ਇੱਕ ਤਾਂ ਇਹ ਕਲਰ ਹੋ ਗਿਆ ਜੀ ਲਾਈਟ, ਇਹ ਪਿਸਤਾ ਜਿਹਾ ਹੈਗਾ, ਸਾਰੇ ਇਹਦੇ 'ਚ ਔਫ ਵਾਈਟ ਅਤੇ ਪਿਸਤਾ ਕਲਰ ਹੈ, ਔਫ ਵਾਈਟ ਸਾਰਿਆਂ 'ਚ ਹੀ ਆਊਗਾ। ਦੂਸਰਾ ਆਪਣੇ ਕੋਲ ਹੈਗਾ ਜੀ ਇਹ ਫਿਰੋਜ਼ੀ ਦੇ ਵਿੱਚ, ਠੀਕ ਹੈ। ਤੁਸੀਂ ਹਲਕੇ ਫੁਲਕੇ ਇਹਦੇ ਉੱਪਰ ਕੰਮ ਕਰਵਾ ਲਿਓ। ਅਤੇ ਮੇਰੇ ਕੋਲ ਕਸਟਮਰ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਜੀ, ਐਕਸਟਰਾ ਕਰਵਾਉਣ ਦਾ ਟਾਈਮ ਨਹੀਂ ਹੁੰਦਾ, ਇੱਕ ਮੈਂ ਐਕਸਟਰਾ ਕਰਵਾਏ ਨੇ ਥੋੜ੍ਹੇ ਜਿਹੇ, ਤੁਹਾਨੂੰ ਉਹ ਪਸੰਦ ਹੋਏ ਉਹ ਵੀ ਲੈ ਸਕਦੇ ਹੋ, ਠੀਕ ਹੈ। ਜਿਹੜੇ ਆਪਣੇ ਕੋਲ ਇਹ ਸੂਟ ਤਾਂ ਹੁੰਦੇ ਨੇ ਜੀ, ਇਹ 3000 ਤੋਂ ਉੱਪਰ ਹੀ ਹੁੰਦੇ ਨੇ, 3000 ਤੋਂ ਲੈ ਕੇ 5000 ਦੇ ਵਿੱਚ ਉਹ ਦੇਖਿਆ ਜਾਂਦਾ ਵੀ ਕਿੰਨਾ ਕੰਮ ਹੈ, ਕਿਹੜਾ ਕੱਪੜਾ, ਕਿਹੜਾ ਦੁਪੱਟਾ ਲੱਗਿਆ, ਠੀਕ ਹੈ। ਇਸ ਤਰ੍ਹਾਂ ਦਾ ਇਹ ਹੋ ਗਿਆ, ਇਹਦੇ ਵਿੱਚ ਪਹਿਲਾ ਰੰਗ, ਦੂਜਾ ਰੰਗ ਇਹ ਹੋ ਗਿਆ ਜੀ, ਅਤੇ ਤੀਜਾ ਰੰਗ ਹੋ ਗਿਆ ਇਹ ਵਾਲਾ ਪੀਚ, ਇਸ ਤਰ੍ਹਾਂ ਦਾ ਪੀਚ ਕਲਰ ਹੋ ਗਿਆ, ਬਹੁਤ ਪਿਆਰਾ। ਪਰ ਇਹ ਤੁਹਾਨੂੰ ਲਾਈਟ ਲਾਈਟ ਹੀ ਨਜ਼ਰ ਆਉਣਗੇ, ਠੀਕ ਹੈ, ਕਿਉਂਕਿ ਵਿੱਚੋਂ ਲਾਈਟਿੰਗ ਜ਼ਿਆਦਾ ਪੈ ਰਹੀ ਹੈਗੀ। ਅਗਲਾ ਇਹਦੇ ਵਿੱਚ ਲੈਮਨ ਸ਼ੇਡ ਹੈ ਜੀ, ਚਾਰ ਸ਼ੇਡ ਨੇ, ਚਾਰੋਂ ਸ਼ੇਡ ਨੇ ਜਿਹੜੇ ਬੜੇ ਪਿਆਰੇ ਨੇ, ਤੁਸੀਂ ਕਿਸੇ 'ਤੇ ਵੀ ਸਾਨੂੰ ਔਡਰ ਦੇ ਸਕਦੇ ਹੋ। ਇਹ ਲਓ ਜੀ, ਇਹ ਲੈਮਨ ਸ਼ੇਡ ਆ ਗਿਆ, ਠੀਕ ਹੈ। ਜਿਹੜਾ ਇਹਨਾਂ 'ਚੋਂ ਪਸੰਦ ਆ ਤੁਸੀਂ ਔਡਰ ਦੇ ਦਿਓ, ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਮੈਂ ਕ੍ਰੱਸ਼ ਕੋਟਨ ਦੇ ਸੂਟ ਵੀ ਤੁਹਾਨੂੰ ਪਹਿਲਾਂ ਦਿਖਾਏ ਸੀ, ਉਹਦੇ ਵੀ ਮੈਨੂੰ ਕਾਫੀ ਭੈਣਾਂ ਦੇ ਔਡਰ ਆਏ ਹੋਏ ਨੇ, ਠੀਕ ਹੈ। ਇਹ ਇਸ ਤਰ੍ਹਾਂ ਦਾ ਵਰਕ ਹੈ ਇਹਦਾ, ਤੁਹਾਨੂੰ ਰੰਗ ਵੀ ਮੈਂ ਦਿਖਾ ਦਿੱਤੇ ਨੇ, ਤੁਸੀਂ ਕਰਵਾ ਸਕਦੇ ਹੋ। ਅਗਰ ਤੁਸੀਂ ਚਾਹੁੰਦੇ ਹੋ ਜੀ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਆਇਓ ਵੀ 3000-2500 ਕੁਛ ਵੀ ਤੁਸੀਂ ਵੀ ਇੰਨੇ ਕੁ ਮੇਰੇ ਕੋਲ ਪੈਸੇ ਹੈਗੇ ਨੇ ਜੀ, ਅਤੇ ਮੈਂ ਤੁਹਾਨੂੰ ਆਪਣੇ ਆਪ ਫੈਬਰਿਕ ਲਾ ਕੇ ਕੰਮ ਕਰਵਾ ਕੇ ਦੇ ਦੂੰਗੀ, ਠੀਕ ਹੈ। ਕਾਫੀ ਭੈਣਾਂ ਆਉਂਦੀਆਂ ਨੇ ਮੇਰੇ ਕੋਲ ਜੋ ਕਹਿੰਦੀਆਂ ਨੇ ਸਾਡੇ ਕੋਲ ਸਿਰਫ ਇੰਨਾ ਪੈਸਾ, ਪਰ ਪਲੀਜ਼ ਭੈਣ ਬਣ ਕੇ 1000-1500-2000 ਦੀ ਰੇਂਜ ਦੇ ਵਿੱਚ ਨਹੀਂ ਮਿਲਦਾ, ਕਿਉਂਕਿ ਜੀ 12-1300 ਤੋਂ ਘੱਟ ਕੋਈ ਫੈਬਰਿਕ ਨਹੀਂ ਆਉਂਦਾ, 1000 ਤੋਂ ਘੱਟ ਤਾਂ ਕੋਈ ਫੈਬਰਿਕ ਆਉਂਦਾ ਹੀ ਨਹੀਂ, ਹੈ ਨਾ, ਜਿਹਦੇ ਉੱਪਰ ਆਪਾਂ ਕੰਮ ਕਰਵਾ ਦਈਏ। ਫਿਰ ਉਸ ਤੋਂ ਬਾਅਦ ਜੀ 1000 ਰੁਪਏ ਮੰਨ ਲਿਆ ਤੁਸੀਂ, 1000 ਦਾ ਫੈਬਰਿਕ ਆ ਗਿਆ, 1000 ਰੁਪਏ ਆਪਣੇ ਤੋਂ ਵਰਕਰ ਨੇ 1000-1200 ਲੈ ਗਿਆ, ਉਹਦੇ ਵਿੱਚ ਅਸੀਂ ਵੀ 4 ਪੈਸੇ ਕਮਾਉਣੇ ਨੇ, ਠੀਕ ਹੈ। ਇਸ ਕਰਕੇ ਅਕਾਊਂਟ ਦੇ ਵਿੱਚ ਪੈਸੇ ਆਉਂਦੇ ਨੇ, ਸਰਕਾਰ ਨੂੰ ਵੀ GST ਦੇਣਾ ਹੁੰਦਾ, ਹੈ ਨਾ, ਸਾਰਾ ਹਿਸਾਬ ਕਿਤਾਬ ਰੱਖਣਾ ਹੁੰਦਾ, ਇਹ ਗੱਲਾਂ ਮੈਟਰ ਕਰਦੀਆਂ। ਇਹ ਲਓ ਜੀ, ਇਹ ਸੂਟ ਸਾਡੇ ਕੋਲ ਤਿਆਰ ਨੇ, ਪਰ ਸਾਡੇ ਕੋਲ ਸੂਟ ਜਿਹੜਾ ਸਭ ਤੋਂ ਪਹਿਲਾਂ ਔਡਰ ਕਰੂਗਾ ਉਹਨਾਂ ਨੂੰ ਮਿਲਣਗੇ ਜੀ, ਬਹੁਤ ਜ਼ਿਆਦਾ ਤਿਆਰ ਨਹੀਂ ਹੈਗੇ, ਥੋੜ੍ਹੇ ਜਿਹੇ ਮੈਂ ਤਿਆਰ ਕਰਵਾਏ ਨੇ।
ਅਤੇ ਸਿਰਫ ਮੇਰਾ ਇਹ ਇਹਦੇ ਵਿੱਚ ਮੇਰੇ ਕੋਲ 6 ਸੂਟ ਨੇ, 6 ਸੂਟਾਂ ਦੇ ਵਿੱਚੋਂ ਜਿਹਦਾ ਸਭ ਤੋਂ ਪਹਿਲਾਂ ਔਡਰ ਆ ਕੇ ਉਹਨੂੰ ਮਿਲਣਗੇ ਕ੍ਰੱਸ਼ ਕੋਟਨ ਦੇ ਉੱਪਰ ਬਣਿਆ ਹੋਇਆ ਜੀ, ਠੀਕ ਹੈ। ਬਾਕੀ ਨੂੰ ਔਡਰ 'ਤੇ ਸੂਟ ਬਣਾ ਕੇ ਦੇਵਾਂਗੇ, ਕ੍ਰੱਸ਼ ਕੋਟਨ ਦੇ ਉੱਪਰ ਬਣਾਇਆ ਹੋਇਆ, ਉੱਪਰ ਨੂੰ ਕਲੀਆਂ ਜਾਣਗੀਆਂ, ਲੈਂਥ ਦਾ ਕੋਈ ਇਸ਼ੂ ਨਹੀਂ, ਘੇਰ ਦਾ ਕੋਈ ਇਸ਼ੂ ਨਹੀਂ। ਇੱਕ ਵਾਰੀ ਫਿਰ ਵੀ ਮੈਂ ਤੁਹਾਨੂੰ ਇੰਚੀ ਟੇਪ ਲਾ ਕੇ ਦਿਖਾ ਦਿੰਦੀ ਹਾਂ, ਸਾਰੇ ਇੱਕੋ ਹੀ ਉੱਤੇ ਬਣੇ ਹੋਏ ਨੇ, ਕ੍ਰੱਸ਼ ਕੋਟਨ ਦੇ ਉੱਪਰ ਬਣਿਆ ਹੋਇਆ, ਬਹੁਤ ਸੋਹਣਾ ਪਿਸਤਾ ਜਿਹਾ ਕਲਰ ਹੈ ਅਤੇ ਇਸ ਤਰ੍ਹਾਂ ਦਾ ਡਿਜ਼ਾਇਨ ਹੈ। ਡਿਜ਼ਾਇਨ ਉਸ ਹਿਸਾਬ ਨਾਲ ਬਣਾਇਆ, ਤੁਸੀਂ ਭਾਰੇ ਹੋ ਤਾਂ ਵੀ ਆਊਗਾ, ਪਤਲੇ ਹੋ ਤਾਂ ਵੀ ਆਊਗਾ, ਠੀਕ ਹੈ, ਲੰਬੇ ਹੋ ਤਾਂ ਵੀ ਆਊਗਾ, ਮਧਰੇ ਹੋ ਤਾਂ ਵੀ ਆਊਗਾ। ਅਤੇ ਨਾ ਰੱਖਿਆ ਜੀ ਆਪਾਂ ਦੁਪੱਟਾ ਮਸਲੀਨ ਦਾ, ਮਸਲੀਨ ਦੇ ਦੁਪੱਟੇ ਨੂੰ ਆਪਾਂ ਹੋਰ ਸਾਈਡ ਇਸ ਤਰ੍ਹਾਂ ਮਜੈਂਟਾ ਰੰਗ ਦੀ ਹੈ ਜਿਹੜੇ ਕੱਟ ਵਰਕ ਦਿੱਤਾ ਹੋਇਆ, ਬਹੁਤ ਪਿਆਰਾ ਕੰਮ ਕੀਤਾ ਹੋਇਆ ਸਾਰਾ, ਬੇਫਿਕਰ ਹੋ ਕੇ ਆਰਾਮ ਦੇ ਨਾਲ ਗਰਮੀ ਦੇ ਵਿੱਚ ਸਿਲਾਈ ਕਰ ਸਕਦੇ ਹੋ। ਉਂਝ ਸੂਟ ਨੂੰ ਲਾਈਨਿੰਗ ਦੀ ਲੋੜ ਨਹੀਂ, ਇੱਥੇ ਤੁਹਾਡੀ ਮਰਜ਼ੀ ਰਹੂਗੀ ਜੇ ਤੁਸੀਂ ਚਾਹੋਗੇ ਵੀ ਨਹੀਂ ਇਸ ਤਾਂ ਲਾਈਨਿੰਗ ਲਾ ਕੇ ਹੀ ਪਾਉਣਾ। ਸਿਰਫ ਮੇਰੇ ਕੋਲ 6 ਪੀਸ ਨੇ ਜੀ ਇਹਦੇ, ਜਿਹੜਾ ਸਭ ਤੋਂ ਪਹਿਲਾਂ ਕਹੂਗਾ ਨਾਲ ਦੀ ਨਾਲ ਤੁਹਾਨੂੰ ਪੇਮੈਂਟ ਕਰਨੀ ਪਊਗੀ, ਠੀਕ ਹੈ। ਬਾਕੀ ਦੇ ਲਈ ਮੈਂ ਔਡਰ 'ਤੇ ਬਣਾ ਦੂੰਗੀ, ਬਾਂਹ ਦੇ ਉੱਪਰ ਇਹ ਵਾਲਾ ਫੁੱਲ ਆ ਗਿਆ, ਠੀਕ ਹੈ। ਇੱਕ ਵਾਰੀ ਮੈਂ ਤੁਹਾਨੂੰ ਇੰਚੀ ਟੇਪ ਲਾ ਕੇ ਦਿਖਾ ਦਿੰਦੀ ਹਾਂ, ਉਂਝ ਪਰ ਤੁਹਾਨੂੰ ਮੇਰੇ 'ਤੇ ਵਿਸ਼ਵਾਸ ਰੱਖਣਾ ਪਊਗਾ ਵੀ ਇਹ ਤੁਸੀਂ ਇੱਧਰੋਂ ਮੰਨ ਕੇ ਚੱਲੋ, ਇੰਚੀ ਟੇਪ ਦਿਓ, ਇੱਥੋਂ ਪਿੰਨਾ ਕੁ ਛੱਡ ਕੇ ਤੁਸੀਂ ਆਰਾਮ ਨਾਲ ਇਹਦਾ 25-26 ਇੰਚ ਘੇਰ ਬਣਾ ਸਕਦੇ ਹੋ, 1.5 ਇੰਚ ਆਪਾਂ ਇੱਧਰੋਂ ਛੱਡ ਦਿੰਦੇ ਹਾਂ, ਠੀਕ ਹੈ ਜੀ। ਨੂੰ ਕਨਫਿਊਜ਼ਨ ਹੋ ਜਾਂਦੀ ਹੈ, ਨਹੀਂ ਐਸਾ ਨਹੀਂ ਹੋਊਗਾ, ਵਿਸ਼ਵਾਸ ਰੱਖਿਆ ਕਰੋ ਵਾਧੂ ਮੈਨੂੰ, ਸਟਿਚਿੰਗ ਕਟਿੰਗ ਸਭ ਕੁਛ ਆਉਂਦਾ, ਸਿਲਾਈ ਕਢਾਈ ਸਭ ਕੁਛ ਆਉਂਦਾ ਮੈਨੂੰ, ਫਿਰ ਹੀ ਮੈਂ ਕੰਮ ਸ਼ੁਰੂ ਕਰਿਆ, ਠੀਕ ਹੈ। ਲਓ ਜੀ ਆਪਾਂ ਜੇ ਇੱਥੋਂ ਗੱਲ ਕਰਦੇ ਹਾਂਗੇ, ਸੈਂਟਰ ਦੇ ਵਿੱਚ 25-26 ਇੰਚ 27 ਇੰਚ ਤੱਕ ਤੁਸੀਂ ਘੇਰਾ ਜਿਹੜਾ ਬਣਾ ਸਕਦੇ ਹੋ, ਮੈਂ ਉਹ ਵੀ ਤੁਹਾਨੂੰ ਦੱਸ ਸਕਦੀ ਹਾਂ ਵੀ ਘੱਟ ਤੋਂ ਘੱਟ ਤੁਸੀਂ ਕਿੰਨਾ ਰੈਡੀ ਕਰ ਸਕਦੇ ਹੋ, ਜ਼ਿਆਦਾ ਤੋਂ ਜ਼ਿਆਦਾ ਕਿੰਨਾ ਆਪਾਂ ਕਲੀਅਰ ਹੀ ਕਰ ਦਿੰਦੇ ਹਾਂ। ਕਾਫੀ ਭੈਣਾਂ ਮੇਰੇ ਕੋਲ ਆਉਂਦੀਆਂ ਹੁੰਦੀਆਂ ਨੇ, ਇਹ ਹੈ ਜੀ 5 ਇੰਚ 22x5 ਇਸ ਤੋਂ ਬਾਅਦ ਜੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ 27 ਕਰ ਸਕਦੇ ਹੋ, ਘੱਟ ਤੋਂ ਘੱਟ ਤੁਹਾਡੇ ਕੋਲ ਆਪਸ਼ਨ ਹੈਗੀ ਹੈ ਜੀ, ਘੱਟ ਤੋਂ ਘੱਟ ਤੁਸੀਂ 20 ਕਰ ਸਕਦੇ ਹੋ ਜੀ, ਤੁਹਾਡੇ 20 ਇੰਚ ਘੇਰ ਤੋਂ ਲੈ ਕੇ 27 ਇੰਚ ਤੱਕ ਘੇਰ ਆਉਂਦਾ, ਤੁਸੀਂ ਆਪਣਾ ਇਹ ਸੂਟ ਆਰਾਮ ਦੇ ਨਾਲ ਔਡਰ ਕਰ ਦਿਓ ਸਾਨੂੰ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ। ਲੈਂਥ ਵਾਲਾ ਕੋਈ ਇਸ਼ੂ ਨਹੀਂ, ਜਿੱਥੇ ਤੁਸੀਂ ਜਿੰਨੀ ਵੀ ਰੱਖਣੀ ਚਾਹੁੰਦੇ ਹੋ ਲੈਂਥ ਰੱਖ ਸਕਦੇ ਹੋ, ਕਿਉਂਕਿ ਇੱਥੇ ਦੇ ਸੈਂਟਰ ਤੱਕ ਬੂਟੇ ਪਾਏ ਨੇ, ਉਸ ਤੋਂ ਬਾਅਦ ਆਪਾਂ ਪਲੇਨ ਰੱਖ ਦਿੱਤਾ ਵੀ ਨੈੱਕ ਬਣਾਉਣੀ ਹੈ, ਜਿੰਨੀ ਤੁਹਾਡੀ ਲੰਬਾਈ ਤੁਹਾਨੂੰ ਹੋਊਗੀ, ਠੀਕ ਹੈ। ਅਤੇ ਨਾ ਇਹਦਾ ਤੁਹਾਨੂੰ ਦੁਪੱਟੇ ਦੇ ਨਾਲ ਹੀ ਸੂਟ ਮਿਲੂਗਾ, ਤੁਸੀਂ ਐਂ ਨਹੀਂ ਕਹਿ ਸਕਦੇ ਜੀ ਦੁਪੱਟਾ ਉਤਾਰ ਲਓ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸਿਰਫ 6 ਪੀਸ ਨੇ ਮੇਰੇ ਕੋਲ, ਘੇਰ ਰੱਖ ਸਕਦੇ ਹੋ, ਲੰਬਾਈ ਦਾ ਕੋਈ ਇਸ਼ੂ ਨਹੀਂ, 40 ਲੰਬਾਈ ਬਣਾਉਣੀ ਹੈ ਤੁਸੀਂ, 42 ਲੰਬ ਬਣਾਉਣੀ ਹੈ, 45-46 ਤੱਕ ਲੰਬਾਈ ਬਣ ਜੂਗੀ, ਘੇਰਿਆ ਹੋਇਆ ਪ੍ਰੋਪਰ। ਅਤੇ ਦੁਪੱਟੇ ਨੂੰ 4 ਸਾਈਡ ਕੱਟ ਵਰਕ ਮਿਲੂਗਾ, ਗਰਮੀ ਦੇ ਵਿੱਚ ਬਾਹਰ ਅੰਦਰ ਪਾਉਣਾ, ਬੇਫਿਕਰ ਹੋ ਕੇ ਪਾ ਸਕਦੇ ਹੋ, ਸਿਰਫ 6 ਪੀਸ ਮੇਰੇ ਕੋਲ ਹੈਗੇ ਨੇ, ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋ ਗਿਆ ਤੁਹਾਨੂੰ, ਪਾਰਸਲ ਦਾ ਐਕਸਟਰਾ ਤੁਹਾਡੇ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਊਗਾ, ਪਾਰਸਲ ਦੇ ਪੈਸੇ ਵਿੱਚ ਹੀ ਨੇ। ਅੱਗੇ ਆ ਜਾਈਏ, ਜੇ ਤੁਹਾਡਾ ਮੇਰੇ ਕੋਲ ਔਡਰ ਚੱਲਦਾ ਤਾਂ ਤੁਸੀਂ ਰਖਵਾ ਲਿਓ, ਪਰ ਪਲੀਜ਼ ਪਿੱਛੋਂ ਚੇਂਜ ਨਾ ਕਰਿਓ, ਹੈ ਨਾ, ਅਤੇ ਕਾਫੀ ਕਸਟਮਰਾਂ ਨੂੰ ਮੈਨੂੰ ਜਵਾਬ ਦੇ ਦੇਣਾ ਪੈਂਦਾ, ਅਤੇ ਨਾਲੇ ਉਹ ਕਸਟਮਰ ਗੁੱਸੇ ਹੋ ਜਾਂਦੇ ਨੇ। ਇਹ ਹੈਗਾ ਜੀ ਰਸਟ ਕਲਰ ਦਾ ਸੂਟ, ਨੈਚੁਰਲ ਕਰੇਪ ਦੇ ਉੱਪਰ ਬਣਿਆ ਹੋਇਆ, ਹੈਂਡ ਦਾ ਕੰਮ ਹੈ, ਬਹੁਤ ਪਿਆਰਾ ਹੈਂਡ ਵਰਕ ਦਾ ਕੰਮ ਕੀਤਾ ਹੋਇਆ, ਵਿੱਚ ਬੂਟੀ ਦਿੱਤੀ ਹੋਈ ਆ, ਬਿਲਕੁਲ ਕੰਮ ਸਾਫ਼ ਸੁਥਰਾ ਹੋਊਗਾ, ਠੀਕ ਹੈ। ਇਸੇ ਕੰਮ ਦੇ ਕਰਕੇ ਜੀ ਜੇ ਅਸੀਂ ਅੱਜ ਪਹੁੰਚੇ ਹਾਂ, ਹੈ ਨਾ, ਇੱਥੇ ਤੱਕ ਸਾਨੂੰ ਵਾਹਿਗੁਰੂ ਲੈ ਕੇ ਆਇਆ, ਤਾਂ ਸਾਡੇ ਕੱਪੜੇ ਦੀ ਕੁਆਲਿਟੀ ਕਰਕੇ, ਸਾਡੀ ਇਮਾਨਦਾਰੀ ਕਰਕੇ ਅਤੇ ਸਾਡੇ ਕੰਮ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਹੋਏ ਹਾਂਗੇ ਜੀ, ਪਰਮਾਤਮਾ ਨੇ ਅੱਜ ਬਾਂਹ ਫੜੀ ਹੈ। ਜੇ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ੋਟ ਲੈ ਲਿਓ, ਪਿਓਰ ਚਨੂਨ ਦਾ ਦੁਪੱਟਾ ਮਿਲੂਗਾ, ਹਰ ਹੈਂਡਵਰਕ ਦੇ ਸੂਟਰਾਂ ਦੁਪੱਟਾ ਸੀ ਹਮੇਸ਼ਾ ਪਿਓਰ ਚਨੂਨ ਦਾ ਲਾਉਣਾ, ਦੂਜੇ ਨਾਲ ਅਸੀਂ ਦੂਸਰਾ ਲਾ ਦਿੰਦੇ ਹੁੰਦੇ ਹਾਂ ਵੀ ਕੋਈ ਗੱਲ ਨਹੀਂ, ਪੈਸੇ ਬਚਾ ਦਈਏ ਗਾਹਕ ਦੇ, ਪਰ ਉਸ ਕਸਟਮਰ ਐਸੇ ਨੇ ਜੋ ਕਹਿੰਦੇ ਨੇ ਸਾਨੂੰ ਪੈਸਾ ਦੀ ਨਹੀਂ ਪਰਵਾਹ ਜੀ, ਸਾਨੂੰ ਦੁਪੱਟਾ ਪਿਓਰ ਚਨੂਨ ਦਾ ਹੀ ਲਾ ਕੇ ਦਿਓ। ਲਓ ਜੀ ਬਾਦਲੇ ਦੇ ਵਿੱਚ ਇੱਕ ਹੋਰ ਦਿਖਾ ਦਈਏ, ਬਹੁਤ ਪਿਆਰਾ ਸੂਟ ਹੈ ਬਲੈਕ ਕਲਰ ਦੇ ਵਿੱਚ, ਠੀਕ ਹੈ ਜੀ, ਕਰੇਪ ਦੇ ਉੱਪਰ ਕਰਿਆ ਹੋਇਆ, ਬਹੁਤ ਸੋਹਣਾ ਲੱਗਦਾ ਹੈ, ਇਸ ਤਰ੍ਹਾਂ ਦਾ ਘੇਰ ਦਾ ਕੰਮ ਆ ਗਿਆ, ਵਿੱਚ ਬੂਟੀ ਆ ਗਈ, ਬਹੁਤ ਪਿਆਰਾ ਜੀ ਇਹ ਵੀ ਕੰਮ, ਬਹੁਤ ਸੋਹਣਾ ਜੀ। ਉਨਾ ਹੀ ਜਿਹੜਾ ਬਾਰਡਰ ਹੈ ਬਾਂਹ ਦੇ ਉੱਪਰ, ਇਸ ਤਰ੍ਹਾਂ ਨਹੀਂ ਹੈਗਾ, ਬਾਂਹ ਦੇ ਉੱਪਰ ਆਪਾਂ ਥੋੜ੍ਹਾ ਜਿਹਾ ਕੰਮ ਹੈ ਜਿਹੜਾ ਕਰ ਦਿੱਤਾ ਹੈਗਾ,
ਬਹੁਤ ਪਿਆਰਾ ਜਿਹੜਾ ਬੋਰਡਰ ਹੈ ਬਾਂਹ ਦੇ ਉੱਪਰ ਬਣਿਆ, ਬਹੁਤ ਸੋਹਣਾ ਲੱਗਦਾ। ਠੀਕ ਹੈ ਜੀ, ਲਓ ਜੀ ਨਾਲ ਮਿਲੂਗਾ ਦੁਪੱਟਾ ਤੁਹਾਨੂੰ ਬਲੈਕ ਕਲਰ ਦਾ। ਨੈਕਸਟ ਵਿਖਾ ਦਈਏ, ਜਿਹੜਾ ਵੀ ਪਸੰਦ ਹੈ ਜੀ, ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋਈ ਜਾਣਗੇ ਜੀ, ਸਕਰੀਨਸ਼ੋਟ ਲੈ ਕੇ ਭੇਜੀ ਚੱਲੋ। ਇਹ ਸੂਟ ਕਾਫੀ ਵਾਰ ਮੈਂ ਦਿਖਾ ਚੁੱਕੀ ਹਾਂ ਜੀ, ਫਿਰ ਦਿਖਾ ਦਿੰਦੇ ਹਾਂ ਜੀ। ਇਸ ਤਰ੍ਹਾਂ ਦਾ ਹੈਗਾ ਜੀ, ਸਲਵਾਰ ਦੇ ਉੱਪਰ ਕੰਮ ਕਰਿਆ ਹੋਇਆ, ਬਹੁਤ ਪਿਆਰਾ ਸਲਵਾਰ ਦਾ ਕੰਮ ਹੈ। ਬਹੁਤ ਸਾਰੇ ਸੂਟ ਨੇ ਇਹ, ਤੁਸੀਂ ਜੇ ਸੂਟ ਲੈਣਾ ਸੀਗਾ ਇਕੱਲਾ ਸੂਟ, ਤੁਹਾਨੂੰ ਇਕੱਲਾ ਸੂਟ ਵੀ ਮਿਲ ਜੂਗਾ, ਸਿਰਫ 2500 ਦੀ ਰੇਂਜ ਦੇ ਵਿੱਚ ਹੈ ਇਹ। ਅਤੇ ਜਿਹੜਾ ਇਹ ਔਰਗੈਂਜਾ ਜੀ ਪਿਓਰ ਦੇ ਵਿੱਚ ਹੈ, ਸੈਮੀ ਔਰਗੈਂਜਾ ਵਾਲੇ ਵੀ ਹੁੰਦੇ ਨੇ ਜੋ ਤੁਹਾਨੂੰ 1800-2000 ਦਾ ਮਿਲ ਜਾਂਦਾ, ਪਰ ਪਿਓਰ ਵਾਲਾ ਜੀ ਇਹ। ਠੀਕ ਹੈ, ਕੱਪੜੇ ਦੀ ਕੁਆਲਿਟੀ ਆਪਾਂ ਕੀ ਲਾਈ ਆ ਉਹ ਬਹੁਤ ਸਾਰੀਆਂ ਚੀਜ਼ਾਂ 'ਤੇ ਨਿਰਭਰ ਕਰਦਾ। ਨੈੱਕ ਦਾ ਇਸ ਤਰ੍ਹਾਂ ਬਾਂਹ ਨੂੰ ਵੀ ਆਪਾਂ ਇਸ ਤਰ੍ਹਾਂ ਕੀਤਾ ਹੋਇਆ, ਬਹੁਤ ਸੋਹਣਾ ਲੱਗਦਾ। ਮੇਰਾ ਖੁਦ ਦਾ ਸੂਟ ਤੁਸੀਂ ਇੱਥੇ ਟਿੱਕੇ ਨਜ਼ਰ ਆ ਜੂਗੀ ਤੁਹਾਨੂੰ ਪਾਏ ਹੋਏ ਦੀ। ਲਓ ਜੀ ਦੁਪੱਟਾ ਰੱਖਿਆ ਜੀ ਪਿਓਰ ਚੌੜ ਜੱਟ ਦਾ, ਬੜਾ ਪਿਆਰਾ ਦੁਪੱਟਾ ਹੈ ਅਤੇ ਦੁਪੱਟੇ ਨੂੰ ਟਾਈ ਡਾਈ ਕੀਤਾ ਹੋਇਆ, ਬਹੁਤ ਸੋਹਣਾ। ਜਿਹੜਾ ਪਸੰਦ ਹੈ ਜੀ ਸਕਰੀਨਸ਼ੋਟ ਲੈ ਕੇ ਵਟਸਐਪ ਕਰ ਦਿਓ। ਠੀਕ ਹੈ ਜੀ, ਹੋਰ ਦਿਖਾ ਦਈਏ, ਬਹੁਤ ਸੂਟ ਨੇ ਜੀ, ਵਾਹਿਗੁਰੂ ਦੀ ਕਿਰਪਾ ਨਾਲ, ਤੁਹਾਡਾ ਧੰਨਵਾਦ ਸਾਰਿਆਂ ਦਾ। ਲਓ ਜੀ ਕੋਟਨ ਦੇ ਉੱਪਰ ਬਣਿਆ ਹੋਇਆ ਫਰੋਜੀ ਹੈ, ਇਸ ਤਰ੍ਹਾਂ ਪਾਈਪਿੰਗ ਵਗੈਰਾ ਦੇ ਦਿੱਤੀ ਹੈ। ਜੇ ਤੁਸੀਂ ਸਿਲਾਈ ਕਰਾਉਂਗੇ ਦੇਵਾਂਗੇ, ਹੈ ਨਾ, ਜੇ ਨਹੀਂ ਕਰਾਉਂਗੇ ਤਾਂ ਥੋੜ੍ਹਾ ਟੇਲਰ ਸਿਲਾਈ ਕਰਕੇ ਦਊਗਾ। ਇਹ ਲਓ ਜੀ ਬਾਂਹ ਦੇ ਉੱਪਰ ਕੰਮ ਹੈ ਅਤੇ ਸਲਵਾਰ ਦੇ ਉੱਪਰ ਕੰਮ ਹੈ, ਸਿਰਫ ਇਹਦੇ ਕਿਤੇ ਵੀ ਘੇਰ ਦੇ ਉੱਪਰ ਕੰਮ ਨਹੀਂ, ਸਿਰਫ ਇਹਦਾ ਆਪਾਂ ਬਾਂਹ ਅਤੇ ਸਲਵਾਰ ਦਾ ਕੰਮ ਕਰਿਆ ਅਤੇ ਹੈਵੀ ਕੰਮ ਕਰਿਆ ਹੋਇਆ। ਬਹੁਤ ਪਿਆਰਾ ਸੋਹਣਾ ਕੰਮ ਕੀਤਾ ਹੋਇਆ ਅਤੇ ਹੈਵੀ ਕੰਮ ਕੀਤਾ ਹੋਇਆ, ਬਹੁਤ ਸੋਹਣਾ ਲੱਗਦਾ। ਠੀਕ ਹੈ, ਦੁਪੱਟਾ ਰੱਖਿਆ ਜੀ ਨਾਲ ਪਿਓਰ ਟੈਬੀ ਦਾ। ਇੱਕ ਗੱਲ ਇੱਥੇ ਤੁਹਾਡੇ ਨਾਲ ਮੈਂ ਇਹ ਵੀ ਸ਼ੇਅਰ ਕਰਨੀ ਚਾਹੂੰਗੀ, ਠੀਕ ਹੈ, ਇਹਦੇ ਨਾਲ ਦੁਪੱਟਾ ਅਸੀਂ ਟੈਬੀ ਦਾ ਹੀ ਰੱਖਿਆ, ਕਿਉਂਕਿ ਜੀ ਇਹ ਰੰਗ ਹੈ ਜਿਹੜਾ ਥੋੜ੍ਹਾ ਜਿਹਾ ਡਾਰਕ ਦੇ ਵਿੱਚ ਆਉਂਦਾ ਅਤੇ ਹੋ ਸਕਦਾ ਸੈਮੀ ਦੁਪੱਟੇ ਦੇ ਉੱਪਰ ਨਿਕਲ ਜਾਏ, ਇਸ ਕਰਕੇ ਇਹਨੂੰ ਦੁਪੱਟਾ ਪਿਓਰ ਟੈਬੀ ਦਾ ਰੱਖਿਆ ਸੈਮੀ। ਜਿਹੜੀ ਦੂਜੀ ਟੈਬੀ ਹੁੰਦੀ ਹੈ ਉਹਦਾ ਫਰਕ ਹੁੰਦਾ ਜੀ, ਠੀਕ ਹੈ, ਰੇਟ ਦਾ ਵੀ ਫਰਕ ਹੋਊਗਾ, ਕੱਪੜੇ ਦਾ ਵੀ ਬਿਲਕੁਲ ਫੁੱਲ ਵਰਗਾ ਦੁਪੱਟਾ ਹੋਊਗਾ ਇਹ ਪਿਓਰ ਟੈਬੀ ਦੇ ਵਿੱਚ। ਅਤੇ ਇਹ ਕਲਰ ਹੁੰਦਾ ਨਾ ਜਿਹੜਾ ਥੋੜ੍ਹਾ ਜਿਹਾ ਸੈਮੀ ਦੇ ਦੁਪੱਟੇ 'ਤੇ ਸਹੀ ਨਹੀਂ ਆਉਂਦਾ, ਇਸ ਕਰਕੇ ਇਹਦੇ ਨਾਲ ਆਪਾਂ ਦੁਪੱਟਾ ਪਿਓਰ ਟੈਬੀ ਦਾ ਰੱਖਿਆ। ਕੁਛ ਕਸਟਮਰ ਐਸੇ ਨੇ ਜਿਹੜੇ ਕਹਿੰਦੇ ਨੇ ਪਿਓਰ ਸ਼ਰੂਨ ਮਹਿੰਗਾ ਪੈਂਦਾ, ਤੁਸੀਂ ਪਿਓਰ ਔਰਗੈਂਜਾ ਅਤੇ ਪਿਓਰ ਟੈਬੀ ਦੇ ਵਿੱਚ ਜਾ ਸਕਦੇ ਹੋ। ਬਿਲਕੁਲ ਸੌਫਟ ਹੁੰਦੀ ਹੈ ਟੈਬੀ, ਇਹ ਦੇਖੋ ਬਿਲਕੁਲ ਸੌਫਟ ਹੁੰਦੀ ਹੈ। ਲਓ ਜੀ ਹੈਂਡਵਰਕ ਦਾ ਸੂਟ ਹੈ ਜੀ, ਰਸਟ ਕਲਰ ਦਾ, ਬੜਾ ਪਿਆਰਾ ਸੂਟ ਹੈ, ਬਹੁਤ ਸੋਹਣਾ ਲੱਗਦਾ। ਇਹ ਦੇਖੋ ਕਿਆ ਕਹਿਣੇ ਨੇ, ਬਹੁਤ ਪਿਆਰਾ ਕੰਮ ਕੀਤਾ ਹੋਇਆ, ਕਿਆ ਕਹਿਣੇ ਨੇ। ਪੂਰੀ ਜਿਹੜਾ ਕਮੀਜ਼ ਹੈ ਕਾਫੀ ਜ਼ਿਆਦਾ ਇਹਦੇ ਉੱਪਰ ਆਪਾਂ ਕੰਮ ਕੀਤਾ, ਬਾਹਾਂ ਦੇ ਉੱਪਰ ਕਾਫੀ ਹੈਵੀ ਕੰਮ ਹੈ ਜੀ, ਦੁਪੱਟਾ ਪਿਓਰ ਚਲਾਉਣ ਦਾ ਰਹੂਗਾ ਜੀ ਨਾਲ। ਠੀਕ ਹੈ ਜੀ, ਸਲਵਾਰ 'ਤੇ ਕੋਈ ਵੀ ਵਰਕ ਨਹੀਂ ਹੈਗਾ, ਬਹੁਤ ਸੋਹਣਾ ਕੰਮ ਹੈ ਜੀ। ਜਿਹੜਾ ਵੀ ਪਸੰਦ ਹੈ ਸਕਰੀਨਸ਼ੋਟ ਲੈ ਕੇ ਭੇਜੀ ਚੱਲਿਓ ਅਤੇ ਸੂਟ ਔਡਰ ਕਰੀ ਚੱਲਿਓ, ਬਹੁਤ ਸੋਹਣੇ ਸੋਹਣੇ ਸੂਟ ਨੇ ਸਾਰੇ, ਬਹੁਤ ਪਿਆਰਾ ਬੇਕ ਕਮਾਲ ਦਾ ਕੰਮ ਕਰਿਆ ਹੋਇਆ, ਬਾ ਕਮਾਲ ਕੰਮ ਹੈ ਸਾਰਾ, ਬਹੁਤ ਸੋਹਣਾ। ਲਓ ਜੀ ਰੂਬੀ ਦੇ ਵਿੱਚ ਦੁਪੱਟਾ ਪਿਓਰ ਚਨੂਨ ਦਾ, ਸਲਵਾਰ ਪਲੇਨ, ਪਾਰਸਲ ਕੱਢ ਦਾਂਗੇ ਆਪਾਂ ਜਿਨ੍ਹਾਂ ਨੇ ਜਾਣਾ ਪਾਰਸਲ ਨੇ। ਲਓ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ, ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ। ਜਿਹੜਾ ਵੀ ਪਸੰਦ ਹੈ ਜੀ ਸਕਰੀਨਸ਼ੋਟ ਲੈ ਕੇ ਵਟਸਐਪ 'ਤੇ ਭੇਜ ਦਿਓ ਅਤੇ ਸੂਟ ਚੱਕ ਸਕਦੇ ਹੋ ਸਾਨੂੰ। ਠੀਕ ਅਤੇ ਚਲੋ ਠੀਕ ਹੈ ਜੀ, ਜਿਹੜੇ ਸੂਟ ਰੈਡੀ ਨੇ ਤੁਸੀਂ ਉਹਨਾਂ ਦਾ ਵੀ ਔਡਰ ਕਰ ਸਕਦੇ ਹੋ, ਤੁਹਾਨੂੰ ਪ੍ਰਾਈਸ ਸ਼ੋਅ ਹੋ ਗਏ ਹੋਣਗੇ
ਅਤੇ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੁਛ ਕਰਵਾਉਣਾ ਚਾਹੁੰਦੇ ਇਹਨਾਂ ਦੇ ਵਿੱਚੋਂ ਵੀ ਕਰਵਾ ਸਕਦੇ ਹੋ, ਅਤੇ ਬਾਕੀ ਹੋਰ ਜੋ ਵੀ ਗੱਲਬਾਤ ਹੈਗੀ ਤੁਸੀਂ ਮੈਨੂੰ ਵਟਸਐਪ 'ਤੇ ਕਰ ਸਕਦੇ ਹੋ। ਇੱਕ ਗੱਲ ਹੋਰ ਮੈਂ ਸਾਰੇ ਭੈਣਾਂ ਨੂੰ ਕਹੂੰਗੀ, ਪਲੀਜ਼ ਇੰਸਟਾਗ੍ਰਾਮ ਦੇ ਉੱਪਰ ਨਾ ਮੈਸੇਜ ਕਰਿਆ ਕਰੋ, ਇੰਨੀ ਜਗ੍ਹਾ ਰਿਪਲਾਈ ਦੇਣੇ ਵੀ ਔਖੇ ਨੇ, ਹੈ ਨਾ। ਤੁਸੀਂ ਵਟਸਐਪ 'ਤੇ ਹੀ ਮੈਸੇਜ ਕਰੋ, ਇੰਸਟਾਗ੍ਰਾਮ ਤੋਂ ਸਕਰੀਨਸ਼ੋਟ ਲੈ ਕੇ ਸਿਰਫ ਵਟਸਐਪ 'ਤੇ ਉੱਪਰ ਆਓ, ਠੀਕ ਹੈ। ਅਤੇ ਚਲੋ ਠੀਕ ਹੈ ਜੀ, ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ, ਕੱਲ੍ਹ ਨੂੰ ਨਵੇਂ ਸੂਟਾਂ ਤਿਰੰਗਾਂ ਦੇ ਨਾਲ ਮਿਲਦੇ ਹਾਂ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।